ਨੀਟ ਪੇਪਰ ਲੀਕ ਮਾਮਲੇ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਤੇ ਕੋਰਟ ਨੇ ਨੀਟ ਦੀ ਦੁਬਾਰਾ ਪ੍ਰੀਖਿਆ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵੱਡੇ ਪੈਮਾਨੇ ਤੇ ਪੇਪਰ ਲੀਕ ਨਹੀਂ ਹੋਇਆ, ਨੀਟ ਪ੍ਰੀਖਿਆ 'ਚ ਸਿਸਟਮੈਟਿਕ ਗਲਤੀ ਨਹੀਂ ਹੈ, ਪੇਪਰ ਲੀਕ ਸਿਰਫ ਪਟਨਾ ਤੇ ਹਜ਼ਾਰੀਬਾਗ ਤੱਕ ਹੀ ਸੀਮਿਤ ਹੈ। SC ਨੇ NTA ਨੂੰ ਅੱਗੇ ਤੋਂ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਨਾਲ ਹੀ ਕੋਰਟ ਨੇ ਕਮੇਟੀ ਤੋਂ 8 ਪੁਆਇੰਟ ਤੇ ਕੰਮ ਕਰਨ ਨੂੰ ਕਿਹਾ। ਹਿਮਾਚਲ ਦੇ ਮੰਡੀ 'ਚ ਰਾਜਪਾਨ 'ਚ ਬੱਦਲ ਫਟਣ ਤੋਂ ਬਾਅਦ ਰੈਸਕਿਊ ਆਪਰੇਸ਼ਨ ਜਾਰੀ ਹੈ। ਕੱਲ੍ਹ ਹਿਮਾਚਲ 'ਚ ਕਈ ਥਾਈਂ ਬੱਦਲ ਫਟਿਆ, ਜਿਨ੍ਹਾਂ 'ਚ ਸ਼ਿਮਲਾ, ਮੰਡੀ, ਕੁੱਲੂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਇਕੱਲੇ ਰਾਮਪੁਰ ਬੁਸ਼ਹਿਰ 'ਚ ਹਜੇ ਵੀ 49 ਲੋਕ ਲਾਪਤਾ ਨੇ ਤਾਂ ਪੂਰੇ ਹਿਮਾਚਲ 'ਚ ਇਹੀ ਆਂਕੜਾ 54 ਹੈ। ਬੱਦਲ ਫਟਣ ਕਰਕੇ 25 ਘਰ ਮਲਬੇ ਦੇ ਵਿੱਚ ਤਬਦੀਲ ਹੋ ਗਏ, 4 ਲੋਕਾਂ ਦੀ ਮੌਤ ਹੋ ਗਈ। ਸੁਪਰੀਮ ਕੋਰਟ 'ਚ ਸ਼ੰਭੂ ਬਾਰਡਰ ਮਾਮਲੇ 'ਤੇ ਸੁਣਵਾਈ ਹੋਈ। ਕੋਰਟ ਨੇ ਕਿਹਾ ਕਿ ਸ਼ੰਭੂ ਬਾਰਡਰ 'ਤੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ, ਯਾਨੀ ਫਿਲਹਾਲ ਸ਼ੰਭੂ ਬਾਰਡਰ 'ਤੇ ਲੱਗੀ ਬੈਰੀਕੇਡਿੰਗ ਹਜੇ ਨਹੀਂ ਹਟੇਗੀ। ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਏਗੀ। ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਸਥਿਤੀ ਇਸੇ ਤਰ੍ਹਾਂ ਰਹੇਗੀ, ਇਸ ਤੋਂ ਪਹਿਲਾਂ 24 ਜੁਲਾਈ ਨੂੰ ਸੁਣਵਾਈ ਹੋਈ ਸੀ। ਮਾਂ ਆਪਣੀ ਪ੍ਰੇਮਿਕਾ ਨੂੰ 34 ਮੰਜ਼ਿਲ ਤੋਂ ਧੱਕਾ ਦੇ ਦਿੱਤਾ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਪ੍ਰੇਮੀ ਨੇ ਲੜਕੀ ਨੂੰ ਗੱਲ ਕਰਨ ਲਈ ਛੱਤ 'ਤੇ ਜਾਣ ਬੁੱਝ ਕੇ ਬੁਲਾਇਆ। ਲੜਕੀ ਦੀ ਪਛਾਣ ਅਰੁਸ਼ੀ ਵਜੋਂ ਹੋਈ ਹੈ, ਜੋ ਬਿਹਾਰ ਦੇ ਇੱਕ ਨਾਮੀ ਡਾਕਟਰ ਦੀ ਬੇਟੀ ਸੀ ਅਤੇ ਨੌਜਵਾਨ ਧਰੁਵ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ, ਜਿਸ ਨੂੰ ਪ੍ਰੇਮਿਕਾ ਅਤੇ ਕਿਸੇ ਹੋਰ ਨਾਲ ਰਿਲੇਸ਼ਨ ਹੋਣ ਦਾ ਸ਼ੱਕ ਸੀ। ਮੋਹਾਲੀ ਪੁਲਿਸ ਨੇ CIA ਸਟਾਫ ਨੇ ਨਾਮੀ ਗੈਂਗਸਟਰ ਗੋਪੀ ਹੁਸ਼ਿਆਰਪੁਰੀਆ ਗੈਂਗ ਦੇ 2 ਗੁਰਗਿਆਂ ਨੂੰ ਕਾਬੂ ਕੀਤਾ। ਪੁਲਿਸ ਨੇ ਮੋਹਿਤ ਤੇ ਮਨਿੰਦਰ ਨਾਮ ਦੇ ਮੁਲਜ਼ਮਾਂ ਨੂੰ ਫੜਿਆ। ਮੁਲਜ਼ਮਾਂ ਕੋਲੋਂ 90 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ। ਗ੍ਰਿਫਤਾਰੀ ਤੋਂ ਬਾਅਦ ਹੋਏ ਖੁਲਾਸੇ ਮੁਤਾਬਕ ਦੋਹਾਂ ਨੇ ਦੁਆਬੇ 'ਚ ਟਾਰਗੇਟ ਕਿਲਿੰਗ ਕਰਨੀ ਸੀ। ਮੋਹਿਤ ਮੁਲਜ਼ਮ ਖਰੜ ਦੇ ਇੱਕ PG 'ਚ ਰਹਿ ਰਿਹਾ ਸੀ, ਜੋ ਪੰਜਾਬ ਦੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ। ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ 'ਚ ਇੱਕ ਨੌਜਵਾਨ ਦੀ ਮੌਤ 'ਤੇ ਹੰਗਾਮਾ ਹੋ ਗਿਆ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਾਦਸਾ ਨਹੀਂ ਕਤਲ ਹੈ। ਗੁੱਸੇ 'ਚ ਆਏ ਪਰਿਵਾਰ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਜਾਮ ਕਰ ਦਿੱਤੀ, ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਰੋਡ ਜਾਮ ਕਰਕੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੋਨੀਪਤ ਦੇ ਪਿੰਡ ਥਾਣਾ ਕਲਾਂ 'ਚ ਇੱਕ ਮਹਿਲਾ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਨੌਜਵਾਨ ਹਮਲਾਵਰ ਨੇ ਪੀਰ ਬਾਬਾ 'ਤੇ ਗਈ ਮਹਿਲਾ ਨੂੰ ਗੋਲੀ ਮਾਰ ਦਿੱਤੀ ਅਤੇ ਪਿਸਟਲ ਲਹਿਰਾਉਂਦਾ ਫਰਾਰ ਹੋ ਗਿਆ। ਮਾਮਲੇ ਦਾ ਪਤਾ ਲੱਗਦੇ ਹੀ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ PGI ਰੋਹਤਕ ਸ਼ਿਫਟ ਕਰ ਦਿੱਤਾ ਗਿਆ। ਹਮਲੇ ਦੀ ਵਜ੍ਹਾ ਹਾਲੇ ਸਾਫ਼ ਨਹੀਂ। ਤਰਨ ਤਾਰਨ 'ਚ ਨਿਹੰਗਾਂ ਵੱਲੋਂ ਕੀਤੇ ਕਤਲ ਮਾਮਲੇ 'ਚ ਪੁਲਿਸ ਨੇ 2 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ। ਦੋਨਾਂ ਨੂੰ ਕਰਤਾਰਪੁਰ ਨੇੜਿਓਂ ਫੜਿਆ ਗਿਆ। ਪੁਲਿਸ ਨੂੰ ਦੇਖ ਕੇ ਇਹਨਾਂ ਨੇ ਗੱਡੀ ਭਜਾ ਲਈ। ਪੁਲਿਸ ਨੇ ਪਿੱਛਾ ਕਰਕੇ ਦੋਨਾਂ ਨੂੰ ਦਬੋਚ ਲਿਆ। ਮੁਲਜ਼ਮ ਨਿਹੰਗਾਂ ਦੀ ਪਛਾਣ ਪਰਮਿੰਦਰ ਅਤੇ ਰਾਜਨ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦਾ ਪੀੜਤਾ ਨਾਲ ਪੈਸੇ ਦਾ ਲੈਣ ਦੇਣ ਸੀ। ਤਰਨ ਤਾਰਨ ਦੇ ਪੱਟੀ 'ਚ ਸ਼ਮੀ ਕੁਮਾਰ ਨਾਮ ਦੇ ਸ਼ਖਸ ਦਾ ਇਹਨਾਂ ਕਤਲ ਕੀਤਾ, ਜਦੋਂ ਕਿ 2 ਲੋਕਾਂ ਦਾ ਗੁੱਟ ਵੱਢ ਗਿਆ। ਲੁਧਿਆਣਾ ਦੇ ਤਾਜਪੁਰ ਇਲਾਕੇ 'ਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਸਾਲੇ ਨੇ ਜੀਜੇ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੀਆਂ CCTV ਤਸਵੀਰਾਂ ਸਾਹਮਣੇ ਆਈਆਂ। ਦੋਵੇਂ ਗੁੱਟ ਆਪਸ 'ਚ ਲੜਦੇ ਨਜ਼ਰ ਆਏ। ਸਾਲੇ ਮੁਤਾਬਕ ਉਸਦੀ ਭੈਣ ਨਾਲ ਜੀਜਾ ਅਕਸਰ ਕੁੱਟਮਾਰ ਕਰਦਾ ਸੀ, ਜਿਸ ਦੀ ਸ਼ਿਕਾਇਤ ਉਸਦੀ ਭੈਣ ਨੇ ਬਹੁਤ ਵਾਰ ਕੀਤੀ ਅਤੇ ਅੱਜ ਨੌਬਤ ਇੱਥੋਂ ਤੱਕ ਆ ਗਈ, ਜਦਕਿ ਦੂਜੇ ਪੱਖ ਮੁਤਾਬਕ ਕੰਮ ਕਰਨ ਨੂੰ ਲੈ ਕੇ ਅਕਸਰ ਘਰ 'ਚ ਝਗੜਾ ਸੀ। ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਣੀ ਸਾਹਿਬ 'ਚ ਅੱਗ ਲੱਗ ਗਈ, ਜਿਸ ਕਰਕੇ ਲੰਗਰ ਹਾਲ 'ਚ ਗੈਸ ਸਿਲੰਡਰ ਫਟਿਆ ਅਤੇ 5 ਵਿਦਿਆਰਥੀ ਜ਼ਖਮੀ ਹੋਏ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ ਝੁਲਸ ਗਏ। ਗੰਭੀਰ ਹਾਲਤ 'ਚ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀ ਨੌਜਵਾਨ ਇੱਕੋ ਸਕੂਲ ਦੇ ਵਿਦਿਆਰਥੀ ਦੱਸੇ ਜਾ ਰਹੇ ਨੇ, ਜਿਨ੍ਹਾਂ ਮੁਤਾਬਕ ਉਹ ਗੁਰੂ ਘਰ 'ਚ ਸੇਵਾ ਕਰਨ ਲਈ ਗਏ ਸੀ ਪਰ ਅਚਾਨਕ ਅੱਗ ਲੱਗ ਗਈ। ਹੁਸ਼ਿਆਰਪੁਰ ਦੇ ਪਿੰਡ ਪੰਚਕੂਲਾ ਦੇ ਪਿੰਡ ਰਿਹੌੜ ਨੇੜੇ ਜ਼ਬਰਦਸਤ ਹਾਦਸਾ ਵਾਪਰਿਆ। ਅੰਡਰਪਾਸ ਬੰਦ ਹੋਣ ਦੀ ਵਜ੍ਹਾ ਨਾਲ 2 ਕਾਰਾਂ ਦੀ ਆਪਸ 'ਚ ਟੱਕਰ ਹੋਈ। ਕਾਰ ਸਵਾਰਾਂ ਦਾ ਵਾਲ-ਵਾਲ ਬੱਚਾ ਹੋਇਆ। ਹਾਦਸੇ ਦੀ CCTV ਸਾਹਮਣੇ ਆਈ ਹੈ, ਜਿਸ 'ਚ ਇੱਕ ਲਾਲ ਰੰਗ ਦੀ ਗੱਡੀ ਬਹੁਤ ਹੌਲੀ ਰਫ਼ਤਾਰ ਨਾਲ ਸੜਕ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਆ ਰਹੀ ਹੈ ਤਾਂ ਅਚਾਨਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਗੱਡੀ ਜ਼ੋਰਦਾਰ ਟੱਕਰ ਮਾਰ ਦਿੱਤੀ।
ਹਰਿਆਣਾ ਦੇ ਸੋਹਨਾ 'ਚ ਟਰੱਕ ਨੇ ਇੱਕ ਬਾਈਕ ਨੂੰ ਟੱਕਰ ਮਾਰੀ, ਜਿਸ ਕਰਕੇ 22 ਸਾਲਾ ਨੌਜਵਾਨ ਭੁਪਿੰਦਰ ਦੀ ਦਰਦਨਾਕ ਮੌਤ ਹੋ ਗਈ। ਬੀਤੇ ਦਿਨੀ ਭੁਪਿੰਦਰ ਨੇ ਨਵਾਂ ਮੋਟਰਸਾਈਕਲ ਲਿਆ ਸੀ, ਜਿਸ ਦੀ ਪੂਜਾ ਕਰਵਾ ਕੇ ਉਹ ਘਰ ਵਾਪਸ ਜਾ ਰਿਹਾ ਸੀ। ਰਾਹ 'ਚ ਟਰੱਕ ਦੀ ਚਪੇਟ 'ਚ ਆ ਗਿਆ ਅਤੇ ਉਸ ਦੀ ਜਾਨ ਚਲੀ ਗਈ। ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕੀਤਾ। ਫਿਰੋਜ਼ਪੁਰ 'ਚ ਇੱਕ ਢੋਂਗੀ ਬਾਬੇ ਦਾ ਸ਼ਰਮਨਾਕ ਕਾਰਨਾਮਾ ਸਾਹਮਣੇ ਆਇਆ, ਜਿਸਨੇ 21 ਸਾਲਾ ਲੜਕੀ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਹਰਦੀਪ ਸਿੰਘ ਨਾਂ ਦੇ ਬਾਬੇ ਨੇ ਕੁੜੀ ਨੂੰ ਕਿਹਾ ਕਿ ਉਸਦੇ ਪਿਤਾ ਅਤੇ ਭਰਾ ਦੀ ਜਾਨ ਨੂੰ ਖਤਰਾ ਹੈ, ਜਲਦੀ ਉਪਾਅ ਲਈ ਉਸਦੇ ਘਰ ਆ ਜਾਵੇ। ਲੜਕੀ ਨੂੰ ਚਾਂਸੇ 'ਚ ਲੈ ਕੇ ਉਸਦੀ ਅਸ਼ਲੀਲ ਵੀਡੀਓ ਬਣਾਈ ਅਤੇ ਉਸਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ। ਪੀੜਤਾ ਫਿਰੋਜ਼ਪੁਰ ਤੋਂ ਬਾਹਰ ਦੀ ਰਹਿਣ ਵਾਲੀ। ਸੋਹਣਾ ਦੇ ਇੱਕ ਫਾਰਮ ਹਾਊਸ ਦੇ ਵਿੱਚ ਦਰਦਨਾਕ ਹਾਦਸਾ ਹੋਇਆ, ਜਿੱਥੇ ਇਨਵਰਟਰ ਤੋਂ ਕਰੰਟ ਲੱਗਣ ਨਾਲ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ। ਜ਼ਖਮੀ ਹਾਲਤ 'ਚ ਹਸਪਤਾਲ ਜਾਂਦੇ ਨੌਜਵਾਨ ਨੇ ਰਸਤੇ 'ਚ ਦਮ ਤੋੜ ਦਿੱਤਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਦੋ ਬੇਟੇ ਸਨ, ਜਿਨ੍ਹਾਂ 'ਚੋਂ ਦੀਪਕ ਫਾਰਮ ਹਾਊਸ 'ਚ ਕੰਮ ਕਰਦਾ ਸੀ ਅਤੇ ਬਿਜਲੀ ਨਾ ਹੋਣ ਕਾਰਨ ਉੱਥੇ ਗਿਆ ਪਰ ਕਰੰਟ ਲੱਗਣ ਨਾਲ ਝੁਲਸ ਗਿਆ। ਬਟਾਲਾ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖਸ ਨੂੰ ਕਾਬੂ ਕਰ ਲਿਆ, ਜਿਨ੍ਹਾਂ 2 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ ਸੀ। ਮੁਲਜ਼ਮ ਨੂੰ ਪੁਲਿਸ ਨੇ ਦਿੱਲੀ ਤੋਂ ਫੜਿਆ। ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ। ਬੱਚੀ ਦਾ ਪਰਿਵਾਰ ਵੀ ਮੁਲਜ਼ਮ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ। ਘਟਨਾ ਵੇਲੇ ਬੱਚੀ ਦਾ ਪਰਿਵਾਰ ਕੰਮ 'ਤੇ ਗਿਆ ਹੋਇਆ ਸੀ ਅਤੇ ਪਿੱਛੋਂ ਮੁਲਜ਼ਮ ਨੇ ਬੱਚੀ ਨਾਲ ਹੀ ਬਿਰਿੰਦ ਕੀਤੀ। ਸੰਗਰੂਰ 'ਚ ਦਿਨ ਦਿਹਾੜੇ ਚੱਪੜਮਾਰਾਂ ਦੇ ਹੌਸਲੇ ਬੁਲੰਦ ਨੇ। ਸੰਗਰੂਰ ਦੀ ਪ੍ਰੇਮ ਬਸਤੀ ਨੇੜੇ ਚੱਲਦੀ ਸਕੂਟੀ ਤੋਂ ਬਿਨਾਂ ਮੂੰਹ ਢੱਕੇ ਆਏ ਬਦਮਾਸ਼ਾਂ ਨੇ ਕੁੜੀ ਦਾ ਬੈਗ ਝਪਟਿਆ ਅਤੇ ਫਰਾਰ ਹੋ ਗਏ। ਤਸਵੀਰਾਂ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕੁੜੀ ਗਲੀ 'ਚੋਂ ਸਕੂਟੀ 'ਤੇ ਲੰਘਦੀ ਹੈ ਅਤੇ ਪਹਿਲਾਂ ਤੋਂ ਪਿੱਛਾ ਕਰਦਿਆਂ ਬਾਈਕ ਸਵਾਰ ਬੜੀ ਆਸਾਨੀ ਨਾਲ ਸਕੂਟੀ 'ਤੇ ਲੜਕੀ ਦੇ ਪੈਰਾਂ 'ਚ ਰੱਖਿਆ ਬੈਗ ਚੁੱਕਦਾ ਅਤੇ ਬਾਈਕ ਭਜਾ ਕੇ ਲੈ ਜਾਂਦਾ ਹੈ। ਪਰ ਚੱਪਟਮਾਰ ਰਫੂ ਚੱਕਰ ਹੋ ਜਾਂਦਾ, ਲੜਕੀ ਕੰਮ ਤੋਂ ਘਰ ਆ ਰਹੀ। ਫਿਰੋਜ਼ਪੁਰ ਇੱਕ ਵਾਰ ਫਿਰ ਗੋਲੀਆਂ ਦੇ ਨਾਲ ਦਹਿ ਲਿਆ ਹੈ। ਪਿਛਲੇ 48 ਘੰਟਿਆਂ 'ਚ ਫਾਇਰਿੰਗ ਦੀ ਇਹ ਦੂਜੀ ਘਟਨਾ ਹੈ। ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਅਤੇ ਕਾਰ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ। ਗੋਲੀ ਲੱਗਣ ਨਾਲ ਇੱਕ ਨੌਜਵਾਨ ਜ਼ਖਮੀ ਹੋਇਆ। ਮੁਲਜ਼ਮ ਮੌਕੇ ਤੋਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਮੁਤਾਬਕ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਬੀਤੇ ਦਿਨੀ ਵਾਪਰੀ ਘਟਨਾ 'ਚ ਨੌਜਵਾਨ ਦੀ ਮੌਤ ਹੋ ਗਈ। ਅੰਮ੍ਰਿਤਸਰ ਦਿਹਾਤੀ 'ਚ ਚੋਰਾਂ ਨੇ ਇਕੱਠੀਆਂ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਅੱਧੀ ਰਾਤ ਨੂੰ ਮੇਨ ਬਾਜ਼ਾਰ 'ਚ ਚੋਰ ਦੁਕਾਨਾਂ ਦੀਆਂ ਛੱਤਾਂ ਪਾੜ ਕੇ ਦੁਕਾਨ 'ਚ ਦਾਖਲ ਹੋਏ ਅਤੇ ਚੋਰੀ ਕਰਕੇ ਫਰਾਰ ਹੋ ਗਏ। ਇਲੈਕਟ੍ਰੋਨਿਕ ਕੈਮਿਸਟ ਅਤੇ ਇੱਕ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਲੈਕਟ੍ਰੋਨਿਕਸ ਦੀ ਦੁਕਾਨ 'ਚੋਂ 4 ਮੋਬਾਈਲ ਸਮੇਤ ਨਗਦੀ, ਕੱਪੜੇ ਦੀ ਦੁਕਾਨ 'ਚੋਂ 8-10 ਹਜ਼ਾਰ ਦੀ ਨਗਦੀ ਅਤੇ ਮੈਡੀਕਲ ਸਟੋਰ 'ਚੋਂ ਵੀ ਨਗਦੀ ਅਤੇ ਦਵਾਈਆਂ ਚੋਰੀ ਹੋ ਗਈਆਂ। ਮੋਹਾਲੀ ਦੇ ਸਰਕਾਰੀ ਹਸਪਤਾਲ 'ਚ ਇੱਕ ਬਜ਼ੁਰਗ 20 ਹਜ਼ਾਰ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਬਜ਼ੁਰਗ ਕੁਝ ਟੈਸਟ ਕਰਵਾਉਣ ਲਈ 6 ਫੇਜ਼ ਹਸਪਤਾਲ ਆਇਆ ਸੀ ਤਾਂ ਠੱਗ ਨੇ ਖੁਦ ਨੂੰ ਹਸਪਤਾਲ ਦਾ ਡਾਕਟਰ ਦੱਸ ਕੇ ਬਜ਼ੁਰਗ ਦਾ ਕੰਮ ਕਰਵਾਉਣ ਦੇ ਬਹਾਨੇ ਪੈਸੇ ਠੱਗ ਲਏ। ਠੱਗ ਨੇ ਖੁੱਲ੍ਹੇ ਪੈਸੇ ਲਿਆਉਣ ਦਾ ਝਾਂਸਾ ਦੇ ਕੇ 20 ਹਜ਼ਾਰ ਰੁਪਏ ਲਏ ਅਤੇ ਫਰਾਰ ਹੋ ਗਿਆ। ਕਾਫ਼ੀ ਦੇਰ ਜਦੋਂ ਸ਼ਖਸ ਨਾ ਆਇਆ ਤਾਂ ਬਜ਼ੁਰਗ ਨੂੰ ਠੱਗੀ ਦਾ ਪਤਾ ਚੱਲਿਆ। ਮੇਵਾਤ ਦੇ ਪਿੰਡ ਲਹਿੰਗਾ ਕਲਾਂ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਖਿਲਾਫ਼ ਸਥਾਨਕ ਲੋਕ ਭੜਕ ਗਏ। ਠੇਕੇ ਦੇ ਬਾਹਰ ਨਾਅਰੇਬਾਜ਼ੀ ਕਰਕੇ ਠੇਕਾ ਹਟਾਉਣ ਦੀ ਮੰਗ ਕੀਤੀ। ਗੁੱਸੇ 'ਚ ਆਏ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਠੇਕੇ ਨੂੰ ਜਲਦ ਨਾ ਹਟਾਇਆ ਗਿਆ ਤਾਂ ਉਹ ਧਰਨੇ 'ਤੇ ਬੈਠ ਜਾਣਗੇ। ਲੋਕਾਂ ਨੇ ਇਲਜ਼ਾਮ ਲਾਇਆ ਕਿ ਰਿਹਾਇਸ਼ੀ ਇਲਾਕੇ ਦੇ ਨੇੜੇ ਇਹ ਠੇਕਾ ਖੋਲ੍ਹਿਆ ਗਿਆ, ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ। ਸੋਨੀਪਤ ਦੀ ਬਾਬਾ ਕਲੋਨੀ 'ਚ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਲੋਕ ਪਰੇਸ਼ਾਨ ਨੇ। ਗੰਦੇ ਪਾਣੀ ਦੇ ਜਮਾਵੜੇ ਕਰਕੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ। ਹਾਲਾਤ ਇੱਥੋਂ ਤੱਕ ਖਰਾਬ ਨੇ ਕਿ ਘਰਾਂ 'ਚ ਵੀ ਪਾਣੀ ਵੜ ਗਿਆ। ਹਾਲਾਤਾਂ ਤੋਂ ਪਰੇਸ਼ਾਨ ਲੋਕਾਂ ਨੇ ਮੁਹੱਲੇ ਦੇ ਲੋਕਾਂ ਨੇ ਨਿਗਮ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।